ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਮੰਦੋੜ ਪੁਲਿਸ ਨੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 2 ਆਰੋਪੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਹੇ। ਜਾਣਕਾਰੀ ਅਨੁਸਾਰ ਆਰੋਪੀ ਪਿਛਲੇ 2 ਮਹੀਨਿਆਂ ਤੋਂ ਲਗਭਗ 8 ਪਿੰਡਾਂ ਵਿੱਚ ਸਰਗਰਮ ਸਨ ਅਤੇ ਦਰਜਨਾਂ ਟਰਾਂਸਫਾਰਮਰਾਂ ਵਿੱਚੋਂ ਤੇਲ ਅਤੇ ਤਾਂਬਾ ਚੋਰੀ ਕਰ ਚੁੱਕੇ ਹਨ। 5-7 ਪਿੰਡ ਆ ਜੀ, ਪੂਰੇ ਆ, ਪੀਰਕੇ ਆ, ਡੋੜ ਆ ਜੀ, ਤਾਰੇ ਵਾਲਾ, ਸੋਢੀ ਵਾਲਾ ਜੀ, ਪਟਿਆਲਾ, ਬਟਾਲੇ, ਮੰਗਲਾ, ਘਰ ਵਿੱਚ ਚੋਰੀ ਹੁੰਦਾ ਜੀ। ਅਤੇ ਇਹ ਚੋਰ ਲੈ ਜਾਂਦੇ ਤੇਲ ਕੱਢ ਕੇ, ਇਹ ਸਾਨੂੰ ਹੁਣ ਕੱਲ੍ਹ ਪੁਲਿਸ ਨੇ ਬੰਦੇ ਫੜੇ, ਪਤਾ ਲੱਗਾ ਕਿ ਬੰਦੇ ਚੋਰ ਫੜੇ ਆ, ਉਹਨਾਂ ਕੋਲੋਂ ਤੇਲ ਬਰਾਮਦ ਹੋਇਆ। ਕੁਝ ਪਿੰਡਾਂ ਬੰਦੇ ਵਿੱਚ ਪੰਪ ਵਾਲੇ ਨੂੰ ਤੇਲ ਦਿੰਦੇ ਸੀਗੇ, ਸੋਢੀ ਵਾਲੇ ਪੰਪ, ਸਤਪਾਲ ਸਿੰਘ ਆ ਪੰਪ ਦਾ ਮਾਲਕ, ਉਹ ਤੇਲ ਮਿਲਾਵਟ ਕਰਕੇ ਗਾਂਹ ਵਾਲੇ ਲੋਕਾਂ ਨੂੰ ਵੀ ਜਾਇਜ਼ ਮੁਲਕ ਖਰੀਦਦਾ ਸੀਗਾ। ਪੁਲਿਸ ਹੁਣ ਕੀ ਕਾਰਵਾਈ ਕਰ ਰਹੀ ਹੈ? ਪੁਲਿਸ ਨੇ ਹਜੇ ਕੁਛ ਨਹੀਂ ਕੀਤੀ, ਸਾਨੂੰ ਤਾਂ ਕੁਛ ਦੱਸਿਆ ਨਹੀਂ। ਪੁਲਿਸ ਨੇ ਕੱਲ੍ਹ ਅਸੀਂ ਆਏ ਸੀ, ਬੰਦੇ ਫੜੇ ਆ, ਰਿਮਾਂਡ ਲਵਾਂਗੇ, ਫਿਰ ਗੱਲ ਕਰਾਂਗੇ। ਮੇਰਾ ਸੁਖਮਿੰਦਰ ਸਿੰਘ, ਪਿੰਡ ਡੋੜਾ ਜੀ। ਸਾਡੇ 8-7 ਪਿੰਡਾਂ ਵਿੱਚੋਂ ਟਰਾਂਸਫਾਰਮਰ ਦਾ ਤੇਲ ਚੋਰੀ ਹੋ ਰਿਹਾ ਜੀ, 2-3 ਮਹੀਨੇ ਹੋ ਗਿਆ। ਮੰਨ ਲਓ ਜੀ, ਅਸੀਂ ਤੇਲ ਪਾਉਣੇ ਆ, ਅਗਲੇ ਦਿਨ ਫਿਰ ਕੱਢਿਆ ਜਾਂਦਾ। ਕਿਸਾਨ ਬਹੁਤ ਦੁਖੀ ਆ ਜੀ, ਇਸ ਕਰਕੇ ਜੀ ਇਹਨੇ ਮੰਡੋਰ ਥਾਣੇ 'ਚ ਰਾਤ ਚੋਰ ਫੜੇ ਹੋਏ ਆ, ਅਤੇ ਉਹਨਾਂ ਤੋਂ ਕੋਈ ਕਾਰਵਾਈ ਗਾਂਹ ਹੋ ਨਹੀਂ ਰਹੀ ਜੀ। ਇਸ ਕਰਕੇ 2 ਬੰਦੇ ਫੜੇ ਆ ਜੀ, ਬੰਦੇ ਜ਼ਿਆਦੇ ਆ ਜੀ, 11-12 ਬੰਦੇ ਆ ਜੀ ਤੇਲ ਕੱਢਣ ਵਾਲੇ। ਜਿਹੜਾ ਬੰਦਾ ਇਹਨਾਂ ਦਾ ਤੇਲ ਲੈ ਰਿਹਾ ਸਤਪਾਲ ਸਿੰਘ, ਉਹ ਵੀ ਉਹਨਾਂ ਨੇ ਗ੍ਰਿਫਤ ਕੀਤਾ ਹੋਇਆ। ਇਸ ਕਰਕੇ ਵੀ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਪਿੰਡਾਂ ਦਾ ਟਰਾਂਸਫਰ ਚੋਰੀ ਹੋ ਰਿਹਾ ਜੀ, ਅਤੇ ਚੋਰ ਬੜੇ ਸਰਗਰਮ ਆ ਜੀ, ਅਤੇ ਇਹਨਾਂ ਚੋਰਾਂ 'ਤੇ ਕਾਗਜ਼ ਕਾਰਵਾਈ ਕੀਤੀ ਹੈ, ਵੀ 2 ਥਾਣੇ ਖੜ੍ਹੇ ਹਨ, ਅਤੇ ਸਾਡੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਜੀ। ਹਾਂਜੀ, ਰੌਲ ਹੈਗਾ ਜੀ, ਤੇਲ ਪੰਪ ਵਾਲਾ ਜੀ, ਤੇਲ ਪੰਪ ਵਾਲਾ ਤੇਲ ਖਰੀਦ ਰਿਹਾ ਜੀ, ਉਹਨਾਂ ਤੋਂ ਖਰੀਦਿਆ ਗਿਆ, ਫੜਿਆ ਗਿਆ ਤੇਲ ਜੀ। ਕਿਹੜੀ ਜਗ੍ਹਾ ਦਾ ਪੰਪ ਹੈ ਜੀ? ਹਾਂਜੀ, ਕਿਹੜੀ ਜਗ੍ਹਾ ਦਾ ਪੰਪ ਹੈ? ਉਹ ਜੀ ਹੈਗਾ ਪਿੰਡ ਥੋੜ੍ਹੀ ਵਾਲੇ ਪੰਪ 'ਤੇ। ਕੀ ਨਾਮ ਤੁਹਾਡਾ ਜੀ? ਸਤਪਾਲ ਸਿੰਘ ਜੀ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਰਵਿੰਦਰ ਸਿੰਘ, ਸਾਫਾ ਸਰਪੰਚ। ਉਧਰ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ 2 ਆਰੋਪੀਆਂ ਖਿਲਾਫ਼ ਬਣਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬਾਕੀ 2 ਦੀ ਭਾਲ ਕੀਤੀ ਜਾ ਰਹੀ ਹੈ, ਅਤੇ ਚੋਰਾਂ ਵੱਲੋਂ ਜਿਸ ਪੰਪ 'ਤੇ ਤੇਲ ਵੇਚਿਆ ਜਾਂਦਾ ਸੀ ਉਸ ਪੰਪ ਮਾਲਕ 'ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪਿੰਡ ਕਲਮੇ ਦਾ ਆਪਣਾ ਟਰਾਂਸਫਾਰਮਰ ਦੇ ਵਿੱਚੋਂ ਤੇਲ ਚੋਰੀ ਕੀਤਾ ਸੀ, ਜਿਹਦੇ 'ਤੇ ਗੁਰਜੰਟ ਸਿੰਘ ਸਨ ਆਫ ਦਰਸ਼ਨ ਸਿੰਘ ਕਲਮੇ ਦੇ ਬਿਆਨ 'ਤੇ ਮੁਕੱਦਮਾ ਦਰਜ ਕੀਤਾ ਗਿਆ ਜੀ। ਮੁਕੱਦਮਾ ਨੰਬਰ 90-16-8-19 ਅੰਡਰ ਸੈਕਸ਼ਨ 379 IPC। 4 ਬੰਦਿਆਂ ਦੇ ਖਿਲਾਫ਼ ਕੀਤਾ ਹੈ, ਜਗਦੀਸ਼ ਸਿੰਘ ਪੁੱਤਰ ਬਲਦੇਵ ਸਿੰਘ, ਬਲਵਿੰਦਰ ਸਿੰਘ ਪੁੱਤਰ ਹਰਬਾਜ ਸਿੰਘ, ਮਲਕੀਤ ਸਿੰਘ ਪੁੱਤਰ ਹਰਨਾਮ ਸਿੰਘ ਅਤੇ ਜੱਗਾ ਪੁੱਤਰ ਭੀਰਾ। ਇਹ 4 ਕਲਮੇ ਪਿੰਡ ਦੇ ਆ। ਇਹਨਾਂ ਦੇ ਬਾਹਰ ਜ਼ਮੀਨ ਤੋਂ ਵਿੱਚੋਂ ਜਿਹੜੀ ਰਾਧੇ ਸ਼ਾਮ ਦੀ ਜ਼ਮੀਨ ਸੀ, ਇਹਨਾਂ ਇਹ ਗੁਰਜੰਟ ਸਿੰਘ ਠੇਕੇ 'ਤੇ ਲੈ ਕੇ ਆਉਂਦਾ ਸੀ। ਉਹਦੇ ਵਿੱਚੋਂ 12-13 ਦੀ ਦਰਮਿਆਨੀ ਰਾਤ ਨੂੰ ਉਹ ਟਰਾਂਸਫਾਰਮਰ ਖੋਲ੍ਹ ਕੇ ਤੇਲ ਚੋਰੀ ਕਰ ਲਿਆ ਸੀ, ਅਤੇ ਇਹਨਾਂ 4 ਦੇ ਖਿਲਾਫ਼ ਇਹ ਮੁਕੱਦਮਾ ਦਰਜ ਕਰ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚੋਂ ਅਸੀਂ ਜਗਦੀਸ਼ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਬਾਕੀ ਅਜੇ 2 ਬੰਦੇ ਜਿਹੜੇ ਗ੍ਰਿਫਤਾਰ ਕਰਨੇ ਬਾਕੀ ਆ, ਬਾਕੀ ਤਫਤੀਸ਼ ਅਜੇ ਚੱਲ ਰਹੀ ਆ, ਹੋਰ ਵੀ ਇਹਨਾਂ ਦੇ ਵਿੱਚੋਂ ਕੋਈ ਸੁਰਾਗ ਲੱਗਣ ਦੀ ਨਹੀਂ। ਕਿਸ ਤਰ੍ਹਾਂ ਦਾ ਕੋਈ ਪੈਟਰੋਲ ਪੰਪ ਦਾ ਵੀ ਮਾਮਲਾ ਸਾਹਮਣੇ ਆਇਆ ਜੀ? ਇਹਨਾਂ ਨੇ ਜਿਹੜਾ ਤੇਲ ਸੀ ਇਹ ਸੋਢੀ ਵਾਲੇ ਪੰਪ ਜਿਹਦਾ ਮਾਲਕ ਹੈਗਾ ਸਤਪਾਲ, ਉਹਨੂੰ ਇਹਨਾਂ ਨੇ ਤੇਲ ਵੇਚਿਆ ਸੀ 2000 ਰੁਪਈਏ ਦਾ, 40 ਲੀਟਰ ਤੇਲ ਜਿਹੜਾ ਵੇਚਿਆ ਸੀ, ਅਤੇ ਉਹਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਜਾ ਰਿਹਾ, ਉਹਦੇ ਖਿਲਾਫ਼ ਵੀ ਕਾਰਵਾਈ ਜਿਹੜੀ ਹੈ। ਮਮਦੋੜ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।